Yes. ਤਕਰਾਰ ਸੁਣਿਆ ਹੋਵੇ ਜਦੋਂ ਕਿ ਇਹ ਦੋ ਜੀ ਇੱਕ ਮਾੜਾ ਨੂੰ ਇਧਰ ਕਰ ਲਈ ਕਰਦੇ ਵੀ ਥੋੜਾ ਕੋਈ ਨਹੀਂ ਕੋਈ ਨਹੀਂ ਵਸਤੂ ਪਾ ਜੋੜ ਪਾ ਦੇ ਸੇ ਹੁਣ ਉਹ ਲੰਗਰ ਛਕ ਲੈਣਾ ਛਕ ਲਿਆ ਜੀ ਉਹ ਆ ਕੇ ਦਰਬਾਰ ਵਿੱਚ ਬੈਠਦਾ ਤੇ ਮੇਰੀਆਂ ਭੈਣਾਂ ਨੂੰ ਬੇਨਤੀ ਕਿ ਵਿਚਾਲੋ ਰਾਹ ਛੱਡ ਦਿਓ ਜੀ ਕਿਉਂਕਿ ਬਾਬਾ ਜੀ ਜੋਤ ਲੈਣ ਜਾ ਰਹੇ ਆ ਬਾਬਾ ਜੀ ਦੀ ਜੋਤ ਆ ਰਹੀ ਹੈ ਰਾਹ ਛੱਡ ਦਿਓ ਜੀ ਤੁਸੀਂ ਬੜੇ ਭਾਗ ਵਾਲੇ ਹੋ ਬੜੇ ਕਰਮ ਵਾਲੇ ਹੋ ਕਿ ਅੱਜ ਇਸ ਪੀਰਾਂ ਦੇ ਦੀਵਾਨ ਦਾ ਤੁਸੀਂ ਆਨੰਦ ਮਾਣਦੇ ਹੋ ਕਿ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਵਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਵਾਂ ਫਿਰ ਜਿੰਨੇ ਬਜ਼ੁਰਗ ਨੇ ਬੈਠੇ ਸਭ ਦੇ ਪੈਰੀ ਹੱਥ ਮੈਂ ਲਾਵਾਂ ਕਿ ਮਾਵਾਂ ਭੈਣਾਂ ਸਭ ਦੀਆਂ ਸਾਂਝੀਆਂ ਗੱਲ ਨਾ ਦਿਲੋਂ ਭੁਲਾਵਾਂ ਕਿ ਮਾਵਾਂ ਭੈਣਾਂ ਸਭ ਦੀਆਂ ਸਾਂਝੀਆਂ ਗੱਲ ਨਾ ਦਿਲੋਂ ਭੁਲਾਵਾਂ ਕਿ ਜੋ ਮਿਲਿਆ ਇਸ ਪੀਰਾਂ ਤੋਂ ਮਿਲਿਆ ਮੈਂ ਸਪੀਰਾਂ ਦਾ ਸ਼ੁਕਰ ਮਨਾਵਾਂ ਮੈਂ ਸਪੀਰਾਂ ਦਾ ਸ਼ੁਕਰ ਮਨਾਵਾਂ ਬੜੇ ਕਰਮ ਵਾਲੇ ਬੜੇ ਭਾਗ ਵਾਲੇ ਕਿ ਤੁਸੀਂ ਅੱਜ ਪੀਰਾਂ ਦੀ ਮਹਿਫਲ ਦਾ ਆਨੰਦ ਮਾਣ ਰਹੇ ਹੋ ਕਿ ਮੇਰੇ ਦਾਤਾ ਕੇ ਦਰਬਾਰ ਮੇਂ ਦੁੱਖ ਦਰਦ ਮਿਟਾਏ ਜਾਤੇ ਹੈ ਕਿ ਮੇਰੇ ਦਾਤਾ ਕੇ ਦਰਬਾਰ ਮੇਂ ਦੁੱਖ ਦਰਦ ਮਿਟਾਏ ਜਾਤੇ ਹੈ ਦੁੱਖ ਦਰਦ ਕੇ ਸਤਾਏ ਜਹਾਂ ਸੀਨੇ ਸੇ ਲਗਾਏ ਜਾਤੇ ਹੈ ਜਿਨ ਪਰ ਹੋ ਜਾਤੀ ਹੈ ਮੇਰੇ ਪੀਰੋਂ ਕੀ ਕੁਛ ਖਾਸ ਇਨਾਇਤ ਜਿਨ ਪਰ ਹੋ ਜਾਤੀ ਹੈ ਮੇਰੇ ਪੀਰੋਂ ਕੀ ਕੁਛ ਖਾਸ ਇਨਾਇਤ ਉਨਕੋ ਹੀ ਸੰਦੇਸ਼ੇ ਜਾਤੇ ਹੈ ਵਹੀ ਦਰ ਪੇ ਬੁਲਾਏ ਜਾਤੇ ਹੈ ਵਹੀ ਦਰ ਪੇ ਬੁਲਾਏ ਜਾਤੇ ਹੈ ਤੁਸੀਂ ਬੜੇ ਸਪੈਸ਼ਲ ਭਗਤਾਂ ਚੋਂ ਬੜੇ ਸਪੈਸ਼ਲ ਭਗਤ ਹੋ ਜੀ ਜਿਨ੍ਹਾਂ ਨੇ ਪੀਰ ਪਾਤਸ਼ਾਹ ਨੇ ਤੁਹਾਨੂੰ ਆਪ ਚਿੱਠੀਆਂ ਭੇਜ ਕੇ ਬੁਲਾਇਆ ਤੇ ਤੁਸੀਂ ਅੱਜ ਇਸ ਦੀਵਾਨ ਦਸ ਭੰਡਿਆਰੇ ਦਾ ਆਨੰਦ ਮਾਣ ਰਹੇ ਹੋ ਜੀ ਦਰਬਾਰ ਕੀ
ਓ ਕਿਸ ਨੂੰ ਮਨਾਈਏ, ਕਿਸ ਨੂੰ ਤੇ ਆਈਏ, ਕਿਸ ਦਾ ਲੈਣੀਏ ਨਾਮ ਜੀ।
ਕਰਾਂ ਲਾਲ ਲਾਲੀ ਸਰਕਾਰ ਦਾ ਬਹੁਤ ਸਾਚੇ ਦਰਬਾਰ ਕੀ ਦਰਬਾਰ ਕੀ ਦਰਬਾਰ ਕੀ ਸੋ ਬੇਨਤੀ ਹੈ ਜੀ ਬਾਬਾ ਜੀ ਵੱਲੋਂ ਜਿਹੜੀ ਸ਼ਗਨ ਪਾਉਣ ਦੀ ਰਸਮ ਹੈ ਪੀਰਾਂ ਦਾ ਸ਼ਗਨ ਹੈ ਜਿਹੜਾ ਬਾਬਾ ਕੁਲਜੀਤ ਜੀ ਨੂੰ ਉਹ ਤੁਸੀਂ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਪਾ ਸਕਦੇ ਹੋ ਜੀ ਜਿਹੜੀ ਸ਼ਗਨ ਪਾਉਣ ਦੀ ਰਸਮ ਆ ਪੀਰਾਂ ਵਾਲੀ ਉਹ ਤੁਸੀਂ ਨਿਭਾ ਸਕਦੇ ਹੋ ਬਾਬਾ ਜੀ ਵੱਲੋਂ ਬੇਨਤੀ ਹੈ ਜੀ ਹਾਂਜੀ ਉਹ ਲੜ ਲੱਗਿਆ ਨੂੰ ਪੀਰਾਵੇ
ਨਿੱਕੀ ਜੀਆ ਨੂੰ ਔਰ ਮੈਂ ਅੱਜ ਦੇ ਸਮਾਗਮ ਅੱਜ ਦਾ ਇਹ ਜੋ ਦਵਾਰ ਅੱਜ ਦਾ ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਉਸਦਾ ਸਿਹਰਾ ਬਾਬਾ ਗੁਰਪ੍ਰੀਤ ਜੀ ਮੈਂ ਚਾਹੂੰਗਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰਦੇ ਕਿਉਂਕਿ ਅਰੇਂਜਮੈਂਟ ਸੋ ਬਹੁਤ ਹੀ ਸਤਿਕਾਰਯੋਗ ਪਹੁੰਚੀ ਸੰਗਤ ਸਾਰੇ ਜਿੰਨੇ ਵੀ ਸੇਵਾਦਾਰ ਸਾਰਿਆਂ ਨੂੰ ਮੈਂ ਜੀ ਆਇਆਂ ਆਖਦਾ ਜੀ ਔਰ ਬਹੁਤ ਵਧੀਆ ਅਰੇਂਜਮੈਂਟ ਇੱਥੋਂ ਦੇ ਮੈਨੇਜਮੈਂਟ ਸਾਰੀ ਧਾਰੀਵਾਲ ਸਾਹਿਬ ਵੀ ਪਹੁੰਚੇ ਹੋਏ ਉਹਨਾਂ ਨੂੰ ਵੀ ਜੀ ਆਇਆਂ ਔਰ ਸਾਰਾ ਪਰਿਵਾਰ ਹੀ ਸਾਡਾ ਆਪਣਾ ਜੀ ਸੋ ਬਾਬਾ ਰਾਮ ਪ੍ਰਤਾਪ ਜੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਮਾਤਾ ਸਾਹਿਬਾਨ ਜਿੰਨੇ ਵੀ ਮੈਂ ਬਹੁਤਿਆਂ ਦਾ ਨਾਂ ਨਹੀਂ ਜਾਣਦਾ ਪਰ ਸਾਰਿਆਂ ਨੂੰ ਜੀ ਆਇਆਂ ਸਾਡੇ ਜਿੰਨੇ ਵੀ ਇਹ ਸਿਕਿਉਰਿਟੀ ਵਾਲੇ ਵੀਰ ਆ ਇਹਨਾਂ ਨੂੰ ਵੀ ਜੀ ਆਇਆਂ ਨੂੰ ਕਮਾਂਡੋ ਵਾਲੇ ਵੀਰ ਔਰ ਮਿਊਜ਼ਿਕ ਬੂਟਾ ਭਾਜੀ ਜੀ ਬਹੁਤ ਵਧੀਆ ਭਾਜੀ ਔਰ ਸਾਊਂਡ ਤਾਂ ਕਿਆ ਬਾਤ ਹੈ ਰਾਜਨ ਜੀ ਸਾਰੇ ਸੇਵਾਦਾਰ ਇੱਧਰ ਲੱਗੇ ਹੋਏ ਸੋ ਇੱਕ ਵਾਰ ਸਾਰਿਆਂ ਲਈ ਸਾਂਝੀ ਜ਼ੋਰਦਾਰ ਤਾੜੀ ਮਾਰਦੇ ਇੱਕ ਛੋਟੇ ਵੀਰ ਗੁਰਸੇਵਕ ਸੂਫੀ ਜੀ ਬਹੁਤ ਵਧੀਆ ਗਾਇਕੀ ਉਹਨਾਂ ਦੀ ਬਹੁਤ ਬਾਹ ਕਮਾਲ ਉਹਨਾਂ ਨੂੰ ਸੁਣਨਾ ਮੈਂ ਸਿਰਫ ਇੱਕ ਕਿਉਂਕਿ ਮੇਰੇ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਇੱਕ ਹਾਜ਼ਰੀ ਭਰਨੀ ਆ ਤਾਂ ਮੈਂ ਆਸ ਕਰਦਾ ਤੁਸੀਂ ਕਬੂਲ ਕਰੋਗੇ ਮਾਨਤਾ ਨੂੰ ਬਖਸ਼ੋਗੇ ਇੱਕ ਦੋ ਬੋਲ ਤੁਹਾਡੀ ਨਜ਼ਰ ਔਰ ਅੱਜ ਥੋੜੀ ਥਕਾਵਟ ਵੀ ਹੈ ਕਿਉਂਕਿ ਸੁਬਹਾ ਤੋਂ ਲੈ ਕੇ ਬਾਬਾ ਜੀ ਇੰਡੀਆ ਭਰ ਦੇ ਵਿੱਚ ਜਾ ਕੇ ਦੇਖਿਆ ਬਹੁਤ ਵੱਡੇ ਮੇਲੇ ਲੱਗਦੇ ਬਹੁਤ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਪਰ ਪ੍ਰੋਗਰਾਮ ਕੀਤੇ ਜਾਂਦੇ ਜਿਗਰੇ ਦੇ ਨਾਲ ਦਿਲ ਚਾਹੀਦਾ ਜੀ ਹਨਾ ਇਹ ਛਾਤੀ ਤਾਂ ਮਿਣੀ ਜਾ ਸਕਦੀ ਪਰ ਜਿਗਰਾ ਨਹੀਂ ਮਿਣਿਆ ਜਾਂਦਾ ਸੋ ਬਾਬਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਅਰੇਂਜਮੈਂਟ ਕੀਤਾ ਇਸ ਪਰਿਵਾਰ ਦੇ ਨਾਲ ਮਿਲ ਕੇ ਤਾਂ ਤੁਸੀਂ ਸਾਰੀਆਂ ਰੱਬ ਵਰਗੀਆਂ ਰੂਹਾਂ ਸੀ ਜਗ੍ਹਾ ਤੇ ਇਕੱਤਰ ਹੋਇਓ ਨਿੱਘੀ ਚੀ ਹੈ ਸੋ ਆਓ ਲੋਕ ਜ਼ਿਆਦਾ ਸਮਾਂ ਲੈਂਦਾ ਹਾਂਜੀ ਤਾਂ ਸਾਡੇ ਜੋਤੀ ਜੀ ਬਹੁਤ ਵਧੀਆ ਇਹਨਾਂ ਨੇ ਗਾਇਆ ਇੱਕ ਵਾਰੀ ਇਹਨਾਂ ਲਈ ਵੀ ਤਾੜੀ ਮਾਰ ਦਿਓ ਜੀ ਦੇਖੋ ਬਹੁਤ ਸਾਰੇ ਲੋਕ ਧੀਆਂ ਨੂੰ ਕਮਜ਼ੋਰ ਸਮਝਦੇ ਆ ਹਨਾ ਉਹ ਕਹਿੰਦੇ ਮੁੰਡਾ ਜੰਮੇ ਤਾਂ ਲੱਡੂ ਵੰਡੋ ਜੇ ਧੀ ਜੰਮਜੇ ਤਾਂ ਫਿਰ ਲੋਕ ਸੋਗ ਮਨਾਉਂਦੇ ਆ ਪਰ ਧੀਆਂ ਵੀ ਪੁੱਤਰਾਂ ਦੇ ਨਾਲੋਂ ਘੱਟ ਨੇ ਧੀਆਂ ਦਾ ਵੀ ਸਤਿਕਾਰ ਕਰਿਆ ਕਰੋ ਧੀਆਂ ਦੀ ਇੱਜ਼ਤ ਕਰਿਆ ਕਰੋ ਸੋ ਤੁਹਾਡੀ ਨਜ਼ਰ ਫੋਨ ਨਾ ਕਾਗਜ਼ ਬੱਦੀਆਂ ਵਾਲੇ ਦਾਤਾ ਦਰ ਤੋਂ ਤੱਕ ਨਾ ਮੈਂ ਫੋਨ ਨਾ ਕਾਗਜ਼ ਬੱਦੀਆਂ ਵਾਲੇ ਦਾਤਾ ਦਰ ਤੋਂ ਤੱਕ ਨਾ ਮੈਂ ਵਿੱਚ ਐਬ ਗੁਨਾਹ ਨਾ ਹੁੰਦੇ ਤੇ ਫਿਰ ਤੂੰ ਬਖਸ਼ੇਂਦਾ ਕੈਨੂੰ ਕਿ ਅੰਬਰੋਂ ਬਾਰਿਸ਼ ਦੁੱਧ ਦੀ ਤੇ ਵਰਸੇ ਚੜ੍ਹਦਾ ਹੈ ਇਹ ਧਰਤੀ ਸੋਨਾ ਉਪਜੇ ਧਰਤੀ ਸੋਨਾ ਉਪਜੇ ਤੇ ਮੋਤੀ ਵੰਡਣ ਖੇਤ
ਟੱਪਰੋਂ ਬਾਰਿਸ਼ ਦੁੱਧ ਦੀ ਤੇ ਵਰਸੇ ਜਨਤਾ ਹੇ ਜਗਤ ਬਿਖਾਰੀ ਖੜਾ ਜਗਤ ਬਿਖਾਰੀ ਖੜਾ ਤੂੰ ਦਾਤਾ ਨਜ਼ਰ ਮਿਹਰ ਦੀ ਕੱਤ ਤੇਰੇ ਭਾਣੇ ਦਾਤਿਆ ਜੀਏ ਸੁਖੀ ਵਸੇ ਸਰਬਤ ਤੇਰੇ ਭਾਣੇ ਸ਼ਹਿਨਸ਼ਾਹ ਜੀਏ ਸੁਖੀ ਵਸੇ ਸਰਬਤ ਕਿੱਥੋਂ ਤੁਰਿਆ ਤੇ ਕਦ ਦਾ ਤੁਰਿਆ ਤੇ ਪੁੱਜਣਾ ਕਦੋਂ ਟੀਕਾ ਤੁਰਿਆ ਤੇ ਕਦ ਜਣਾ ਪਿੰਡ ਤਾਂ ਜਾਣ ਸਭ ਨੂੰ ਉਹ ਅਸੀਂ ਚੰਗੇ ਹੋ ਮੇਰੀ ਭੂਆ ਵੱਲੋਂ ਇਹ ਪਹਿਲੀ ਬੋਣੀ ਹੋਈ ਦੇਖਦੇ ਹਾਂ ਝਾੜ ਕਿੰਨਾ ਕੁ ਝੜਦਾ ਬਹੁਤ ਸਾਰਾ ਆਸ਼ੀਰਵਾਦ ਥੈਂਕ ਯੂ ਸੋ ਮਚ ਇਹ ਤੁਹਾਡਾ ਪਿਆਰਾ ਕਿੱਥੋਂ ਤੁਰਿਆ ਤੇ ਕਦ ਦਾ ਤੁਰਿਆ ਤੇ ਪੁੱਜਣਾ ਕਦੋਂ ਟਿਕਾਣ ਜਿੱਦਾਂ ਤੁਰਨਾ ਤੇ ਕਦ ਤੱਕ ਤੁਰਨਾ ਹੁਣ ਸੋਚੀ ਪੈਸਿਆਂ ਕਿੱਦਾਂ ਤੁਰਨਾ ਤੇ ਕਦ ਤੱਕ ਤੁਰਨਾ ਹੁਣ ਸੋਚੀ ਪੈਸਿਆਂ ਥੈਂਕ ਯੂ ਮੇਰੇ ਚਾਚਾ ਜੀ ਬਗੀਚਾ ਸਿੰਘ ਨਾਲ ਬਹੁਤ ਸਾਰਾ ਪਿਆਰ ਆਸ਼ੀਰਵਾਦ ਪੰਡੀ ਦਾ ਕੰਮ ਤੁਰਨਾ ਹੁੰਦਾ ਤੇ ਅੱਗੋਂ ਤੋਰਨ ਵਾਲਾ ਜਾਣੇ ਕਈ ਜੱਗ ਤੇ ਹੁਕਮ ਚਲਾ ਤੁਰ ਗਏ ਥੈਂਕ ਯੂ ਜੀ ਅੰਕਲ ਜੀ ਬਹੁਤ ਸਾਰਾ ਆਸ਼ੀਰਵਾਦ ਸਪੈਸ਼ਲ ਕਈ ਖੁਦ ਨੂੰ ਰੱਬ ਅਖਵਾ ਤੁਰ ਗਏ ਕਿਸ ਵੇਲੇ ਕਿਹੜੇ ਰਾਤ ਤੁਰ ਗਏ ਕਿਸ ਵੇਲੇ ਕਿਹੜੇ ਰਾਤ ਤੁਰ ਗਏ ਕੋਈ ਪਤਾ ਨਾ ਲੱਗਿਆ ਬਾਜੀ ਪਤਾ ਨੀ ਰੱਬ ਕਿਹੜਿਆ ਕਿਹੜਿਆ ਰੰਗਾਂ ਵਿੱਚ ਰਾਜੀ ਪਤਾ ਨੀ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ ਕਿਹੜਿਆ ਰੰਗਾਂ ਵਿੱਚ ਰਾਜੀ ਸਮੂਹ ਹੈਦਰਾਬਾਦ
ਸਮੂਹਿਤ ਰਹੇ। ਇੱਕ ਨਾ ਦੀ ਗੱਲ ਪੂਰੀ ਹੋਵੇ ਜੋ ਵੀ ਕਹਿਣ ਜ਼ਬਾਨੋ, ਇੱਕ ਨਾ ਦੇ ਹੱਥ ਅੱਡੇ ਰਹਿ ਗਏ ਖਾਲੀ ਗਏ ਜਹਾਨੋ। ਉਸ ਡਾਡੇ ਦੀਆਂ ਉਹੀ ਜਾਣੇ, ਉਸ ਡਾਡੇ ਦੀਆਂ ਉਹੀ ਜਾਣੇ ਜਿਸਨੇ ਸ੍ਰਿਸ਼ਟੀ ਸਾਜੀ, ਪਤਾ ਨੀ ਰੱਬ ਕਿਹੜੇ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਕਿਹੜਿਆਂ ਰੰਗਾਂ ਵਿੱਚ ਰਾਜ਼ੀ। ਥੈਂਕ ਯੂ, ਥੈਂਕ ਯੂ ਚਾਚਾ ਜੀ, ਬਹੁਤ ਸਾਰਾ ਥੈਂਕ ਯੂ, ਸ਼ੁਕਰੀਆ। ਲਾਸਟ ਬੋਲ ਸੁਣ ਕੇ, ਕੋਈ ਅੱਜ ਪਰਦੇਸੀ ਹੋ ਚੱਲਿਆ ਕਿਸ ਕੱਲ ਪਰਦੇਸੀ ਹੋ ਜਾਣਾ, ਕੋਈ ਅੱਜ ਪਰਦੇਸੀ ਹੋ ਚੱਲਿਆ ਕਿਸ ਰੋ ਪਰਦੇਸੀ ਹੋ ਜਾਣਾ। ਮੇਰੀ ਮਈਆ ਜੀ ਨੇ ਲੱਖਾਂ ਲੋਕੀ ਤਾਰੇ ਜਿਨ੍ਹਾਂ ਨੇ ਅੱਜ ਪਾਰ ਲੱਗਣਾ। ਮਾਰੋ ਤਾੜੀਆਂ, ਮਾਰੋ ਤਾੜੀਆਂ ਤੇ ਲਾਓ ਜੈਕਾਰ ਜਿਨ੍ਹਾਂ ਨੇ ਅੱਜ ਪਾਰ ਲੱਗਣਾ।
ਜੀ ਬਹੁਤ ਸਾਰਾ ਆਸ਼ੀਰਵਾਦ। ਮਾਰੋ ਤਾੜੀਆਂ ਚੱਕਿਆ ਚੱਕਿਆ ਤਾੜੀਆਂ ਤੇ ਲਾਓ ਜੈਕਾਰੇ ਜਿਨ੍ਹਾਂ ਨੇ ਅੱਜ ਪਾਰ ਲੱਗਣਾ। ਮਾਰੋ ਤਾੜੀਆਂ ਤੇ ਲਾਓ ਜੈਕਾਰੇ ਜਿਨ੍ਹਾਂ ਨੇ ਅੱਜ ਪਾਰ ਲੱਗਣਾ। ਮੇਰੀ ਮਈਆ ਜੀ, ਮੇਰੀ ਮਈਆ ਜੀ, ਮੇਰੀ ਮਈਆ ਜੀ ਨੇ ਲੱਖਾਂ ਲੋਕੀ ਤਾਰੇ ਜਿਨ੍ਹਾਂ ਨੇ ਅੱਜ ਪਾਰ ਲੱਗਣਾ। ਮਾਰੋ ਤਾੜੀਆਂ ਸੰਗਤਾਂ ਸਾਰੀਆਂ ਬੂਟਾ ਜੀ ਹਰੀ ਵਰਗੇ ਪਹੁੰਚੀਆਂ ਨੇ ਸੰਗਤਾਂ ਪਿਆਰੀਆਂ। ਮਾਂ ਦੇ ਰੰਗਾਂ ਵਿੱਚ, ਮਾਂ ਦੇ ਰੰਗਾਂ ਵਿੱਚ, ਮਾਂ ਦੇ ਰੰਗਾਂ ਵਿੱਚ ਰੰਗੇ ਜਾਓ ਸਾਰੇ ਜਿਨ੍ਹਾਂ ਨੇ ਅੱਜ ਪਾਰ ਲੱਗਣਾ। ਮਾਰੋ ਤਾੜੀਆਂ, ਮਾਰੋ ਤਾੜੀਆਂ, ਮਾਰੋ ਤਾੜੀਆਂ ਤੇ ਲਾਓ ਜੈਕਾਰੇ ਜਿਨ੍ਹਾਂ ਨੇ ਅੱਜ ਪਾਰ ਲੱਗਣਾ। ਦਿਲਾਂ ਚ ਜਿੱਥੇ ਪਿਆਰ ਵਸਦਾ, ਰੱਬ ਵਸਦਾ ਦਿਲਾਂ ਚ ਜਿੱਥੇ ਪਿਆਰ ਵਸਦਾ। ਕਦੇ ਆਰੇ ਤੇ, ਕਦੇ ਤੰਦੀ ਤੇ, ਕਦੇ ਸੂਲੀ ਤੇ, ਕਦੇ ਤੰਦੀ ਤੇ, ਕਦੇ ਚਰਖੜੀਆਂ ਦੇ ਤੰਦਿਆਂ ਤੇ, ਕਦੇ ਸੇਜ ਵਿਛਾਉਣੀ ਕੰਡਿਆਂ ਤੇ। ਸੋਹਣੇ ਮਹਿਬੂਬ ਦੀ ਖਾਤਰ, ਸੋਹਣੇ ਮਹਿਬੂਬ ਦੀ ਖਾਤਰ ਕੀ ਕਰਨਾ ਪੈਂਦਾ। ਇਸ਼ਕ ਦਾ ਗਿੜਦਾ, ਇਸ਼ਕ ਦਾ ਗਿੜਦਾ, ਇਸ਼ਕ ਦਾ ਗਿੜਦਾ ਪੈਂਦਾ, ਇਸ਼ਕ ਦਾ ਗਿੜਦਾ ਪੈਂਦਾ, ਇਸ਼ਕ ਦਾ ਗਿੜਦਾ ਪੈਂਦਾ ਜੀ ਤੇਰੇ, ਇਸ਼ਕ ਦਾ ਗਿੜਦਾ ਪੈਂਦਾ।
ਪੈਣਾ ਬੋਲ ਸੱਚੇ ਦਰਬਾਰ ਕੀ ਤਾੜੀ ਤੁੜੀ ਬਾਰੇ ਕੀ ਖਿਆਲ ਹੈ ਵੈਸੇ ਝੋਨੇ ਦੀ ਸਲਾਬ ਬਹੁਤ ਆ ਪਹਿਲਾਂ ਹੀ ਸਿੱਲਾ ਸਿੱਲਾ ਕੰਮ ਆ ਤਾੜੀ ਕੜਕਣੀ ਮਾਰਿਆ ਕਰੋ ਲੰਗਰ ਛਕਿਆ ਸਭ ਨੇ ਤੁਹਾਡੀ ਤਾੜੀ ਦੀ ਆਵਾਜ਼ ਜਿਹੜੀ ਰੋੜਾਂ ਵਾਲੀ ਤੱਕ ਜਾਣੀ ਚਾਹੀਦੀ ਹੈ ਜ਼ੋਰ ਲਗਾ ਕੇ ਹਾਂਜੀ ਆ ਬਣੀ ਨਾ ਗੱਲ ਲਓ ਮੈਂ ਲਾਸਟ ਦੋ ਬੋਲ ਕਹਿਣੇ ਉਸ ਤੋਂ ਬਾਅਦ ਮੈਂ ਬੈਠ ਕੇ ਸੁਣਨਾ ਤੁਹਾਡੀ ਨਜ਼ਰ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਨੇ ਖਾ ਲਏ ਘਰ ਘਰ ਦਾ ਇੱਕ ਕਲੇਸ਼ ਘਰ ਘਰ ਦੀ ਲੜਾਈ ਇੱਕ ਗੱਲ ਯਾਦ ਰੱਖਿਓ ਆਉਣ ਵਾਲੇ ਸਮੇਂ 'ਚ ਜਿਹੜੇ ਰਿਸ਼ਤੇ ਹੋਇਆ ਕਰਨਗੇ ਲੋਕ ਪਹਿਲਾਂ ਮੁੰਡੇ ਨੂੰ ਲੈਬੋਰਟਰੀ 'ਤੇ ਬੰਗਾ ਕੇ ਉੱਥੇ ਟੈਸਟ ਕਰਾਇਆ ਕਰਨਗੇ ਬੰਬੇ ਭੇਜਿਆ ਕਰਨਗੇ ਹਾਂ ਕਿਉਂਕਿ ਵਿਚੋਲਿਆਂ 'ਤੇ ਵੀ ਵਿਸ਼ਵਾਸ ਨਹੀਂ ਰਿਹਾ ਬਸ ਇਕੱਲੀ ਮੁੰਦਰੀ ਚਾਹੀਦੀ ਹੈ ਨਾ ਅਤੇ ਜਿਹੜੇ ਮਾਂ ਬਾਪ ਨੇ ਛੋਟੀ ਜਿਹੀ ਧੀ ਪਾਲ ਕੇ ਵੱਡੀ ਕੀਤੀ ਪੜ੍ਹਾ ਲਿਖਾ ਕੇ ਹੈ ਨਾ ਅਤੇ ਫਿਰ ਟਰੱਕ ਸਮਾਨ ਦਾ ਭਰ ਕੇ ਦੇਣਾ ਅਤੇ ਉਹ ਧੀ ਦਾ ਘਰ ਉੱਜੜ ਜੇ ਤਾਂ ਫਿਰ ਉਹ ਮਾਂ ਬਾਪ ਨੂੰ ਪਤਾ ਤਾਂ ਮੈਂ ਕੁਛ ਬੋਲ ਲਿਖੇ ਖੂਬਸੂਰਤ ਕੇ ਦੁੱਧ ਮੱਖਣਾ ਨਾਲ ਮਾਪਿਆਂ ਸਾਡੀ ਸਿਹਤ ਸੰਭਾਲੀ ਤੇ ਹੁਣ ਨੌਜਵਾਨਾਂ ਨਸ਼ਿਆਂ ਵਿੱਚ ਜਵਾਨੀ ਗਾਲੀਏ ਬਚਪਨ ਦੇ ਵਿੱਚ ਮਾਪਿਆਂ ਨੇ ਬੜੇ ਲਾਡ ਲਡਾਏ ਸੀ ਤੇ ਕਾੜਨੀ ਵਿੱਚੋਂ ਕੱਢ ਕੇ ਮਾਂ ਨੇ ਦੁੱਧ ਪਿਆਏ ਸੀ ਹੁਣ ਛੱਡ ਖਰਾਕਾਂ ਨਸ਼ਿਆਂ ਦੇ ਨਾਲ ਯਾਰੀ ਲਾ ਲਈਏ ਤੇ ਹੁਣ ਨੌਜਵਾਨਾਂ ਨਸ਼ਿਆਂ ਵਿੱਚ ਜਵਾਨੀ ਗਾਲੀਏ ਇਸ ਕਰਕੇ ਬਸ ਇਹਨਾਂ ਚੀਜ਼ਾਂ ਦਾ ਪਰਹੇਜ਼ ਥੋੜ੍ਹਾ ਨਸ਼ਿਆਂ ਤੋਂ ਦੂਰ ਜਾਗਰਣ ਜਾਇਆ ਕਰੋ ਗੁਰੂਆਂ ਦੇ ਨਾਲ ਜੁੜ ਕੇ ਰਿਹਾ ਕਰੋ ਗੁਰੂਆਂ ਪੀਰਾਂ ਦਾ ਆਸ਼ੀਰਵਾਦ ਸੋ ਲਾਸਟ ਬੋਲ ਉੱਚਾ ਬੋਲਣਾ ਬੋਲੀਏ ਕਰਤਾ ਰੋਡ ਦੇ ਕੇ ਮਾਨਕ ਮਾਨ ਚ ਓਏ ਭੁੱਲਿਆ ਬੰਦਿਆ ਰਿਕਾਰਡ ਕਰ ਲਿਆ ਫੋਨ ਐ ਫੜ ਕੇ ਲੰਬਾ ਇੱਕ ਤਾੜੀ ਮਾਰ ਦੋ ਜੀ ਮੈਂ ਥੋੜੀ ਤਾੜੀ ਵੱਧ ਮਰਵਾਉਂਦਾ ਹੁਣ ਕਿਉਂਕਿ ਦਾਲ ਦੂਲ ਖਾਧੀ ਸੈੱਟ ਹੋ ਜਾਂਦੀ ਹੈ ਨਾ ਮਾਨਕ ਮਾਨ ਚ ਓਏ ਭੁੱਲਿਆ ਬੰਦਿਆ ਓਏ ਤੂੰ ਕੀ ਬਣ ਬਣ ਓਏ ਭੈਣ ਦਾ ਓ ਤੀਜੀ ਅੱਖ ਵਾਲਾ ਤੈਨੂੰ ਓਏ ਹਰ ਪਲ ਤੱਕ ਦਾ ਓਏ ਰਹਿ
ਉੱਚਾ ਬੋਲਣਾ ਬੋਲੀਏ ਵੇ ਕਰਤਾਰੋ ਡਰੀਏ ਜਿਓ ਆਵਾਜ਼ ਨਜ਼ਰ ਕਰੇ ਜੋ ਮਿਹਰ ਦੀ ਉਹਦੀ ਮਾਰੋ ਡਰੀਏ ਉੱਚਾ ਬੋਲਣਾ ਬੋਲੀਏ ਵੇ ਕਰਤਾਰੋ ਡਰੀਏ ਨਜ਼ਰ ਕਰੇ ਜੋ ਮਿਹਰ ਦੀ ਉਹਦੀ ਮਾਰੋ ਡਰੀਏ ਬਖਸ਼ ਬਖਸ਼ਣ ਹਾਰ ਤੇ ਵੇ ਰੱਬੀ ਨਜ਼ਰਾਨੇ ਮੈਨ ਮਨਾਰੇ ਰਾਜ ਭਾਗ ਤੇ ਮਾਲ ਖਜ਼ਾਨੇ ਬਖਸ਼ ਬਖਸ਼ਣ ਹਾਰ ਤੇ ਵੇ ਰੱਬੀ ਨਜ਼ਰਾਨੇ ਉੱਚੀ ਸੁੱਚੀ ਸੱਚ ਦੀ ਉਹ ਸਰਕਾਰੋਂ ਡਰੀਏ ਮਿਹਰ ਦੀ ਉਹਦੀ ਮਾਰੋ ਡਰੀਏ ਉੱਚਾ ਬੋਲਣਾ ਬੋਲੀਏ ਵੇ ਕਰਤਾਰੋ ਡਰੀਏ ਯੂਚ ਤੇ ਪਾਉਂਦੇ ਤਲਵਾਰਾਂ ਡਾਡੇ ਤੇ ਹੱਥ ਹੁੰਦੀਆਂ ਵੋ ਚਿੱਤਾਂ ਤੇ ਹਾਰਾਂ ਮਹਾਬਲੀਰਨ ਯੂਚ ਤੇ ਪਾਉਂਦੇ ਤਲਵਾਰਾਂ ਡਾਡੇ ਤੇ ਹੱਥ ਹੁੰਦੀਆਂ ਵੋ ਚਿੱਤਾਂ ਤੇ ਹਾਰਾਂ ਖੁਸ਼ੀ ਮਨਾਈਏ ਜਿੱਤ ਦੀ ਖੁਸ਼ੀ ਮਨਾਈਏ ਹਾਰੋ ਡਰੀਏ ਨਜ਼ਰ ਕਰੇ ਜੋ ਮਿਹਰ ਦੀ ਉਹਦੀ ਮਾਰੋ ਡਰੀਏ ਉੱਚਾ ਬੋਲਣਾ ਬੋਲੀਏ ਵੇ ਕਰਤਾਰੋ ਡਰੀਏ ਜਾਗਣਾ ਬੜਾ ਔਖਾ ਕਿਨੂੰ ਕਿਨੂੰ ਨੀਂਦ ਆ ਰਹੀ ਹੈ ਬੇਨਤੀ ਹੈ ਮਾਤਾ ਟਿੰਡਾ ਵਾਲੀ ਮਾਤਾ ਜੀ ਕਿੱਥੇ ਨੇ ਆਵਾਜ਼ ਸੁਣ ਰਹੇ ਤਾਂ ਬਾਬਾ ਜੀ ਬੁਲਾ ਰਹੇ ਮਾਤਾ ਟਿੰਡਾ ਵਾਲੀ ਹੈ ਪਰ ਰਾਤ ਦਾ ਜਾਗਣਾ ਬੜਾ ਔਖਾ
ਪਰ ਕੋਈ ਵਿਰਲਾ ਵਿਰਲਾ ਜਾਗਦਾ ਯਾਰ ਰਾਤੀ ਜਾ ਕੋਈ ਜਾਗਦਾ ਦੀਵੇ ਆਉਣ ਵਾਲਾ ਤੇ ਜਾ ਫਿਰ ਜਾਗਦਾ ਦੁਖੀਆ ਬਿਮਾਰ ਰਾਤੀ ਜਾ ਫਿਰ ਜਾਗਦਾ ਚੋਰੀਆਂ ਕਰਨ ਵਾਲਾ ਜਿੰਦੇ ਤੋੜਨ ਵਾਲਾ ਤੇ ਜਾ ਫਿਰ ਜਾਗਦਾ ਮੁਹੰਮਦ ਬੂਟਿਆ ਇਹ ਦੁਨੀਆ ਸੌ ਗਈ ਤੇ ਇੱਕ ਜਾਗਦਾ ਪਰਵੀਦਿਗਾਰ ਰਾਤੀ ਬੋਲ ਮਿੱਟੀ ਦਿਆ ਉੱਤੋਂ ਸੌਣ ਦਾ ਮਹੀਨਾ ਜਿੰਨੇ ਗਾਣੇ ਗਾਏ ਚੜਿਆ ਬਹੁਤ ਪਸੀਨਾ ਬੋਲ ਮਿੱਟੀ ਦਿਆ ਬਾਬਿਆ ਬੋਲ ਮਿੱਟੀ ਦਿਆ ਦੁੱਖਾਂ ਮਾਰ ਮਕਾ ਲਿਆ ਮੇਰਾ ਸੋਨਾ ਮਾਹੀ ਆ ਜਾ ਹੋ ਬਹੁਤ ਸਾਰਾ ਆਸ਼ੀਰਵਾਦ ਬਹੁਤ ਸਾਰਾ ਪਿਆਰ ਥੈਂਕ ਯੂ ਪਰਦਾ ਕੱਜ ਲਈ ਸਾਈਆਂ ਬੱਤਣਾ ਵਾਲੇ ਮਾਣ ਕਰਨ ਕੀ ਮੈਂ ਮਾਣ ਕਰਾਂ ਪਰਦੇਸੀਆਂ
ਸ਼ੁਕਰੀਆ ਜੀ ਇੰਨੀ ਹਾਜ਼ਰੀ ਕਬੂਲ ਬਾਈ ਜੀ ਬੂਟਾ ਜੀ ਅਸੀਂ ਅਰਦਾਸ ਕਰਦੇ ਆਉਣ ਵਾਲੇ ਪਿੰਡ ਦੇ ਸਰਪੰਚ ਤੁਸੀਂ ਹੋ ਜੀ ਬਹੁਤ ਹੋਣਹਾਰ ਮੁੰਡਾ ਬਹੁਤ ਵੱਡਾ ਵੀਰ ਹੈ ਮੇਰਾ ਬਹੁਤ ਸਤਿਕਾਰ ਨੇ ਬੂਟਾ ਜੀ ਥੈਂਕ ਯੂ ਸੋ ਮਚ ਸੋ ਬਹੁਤ ਬਹੁਤ ਸ਼ੁਕਰੀਆ ਜੀ ਗੁਰੂ ਪੀਰ ਮਹਾਰਾਜ ਤੁਸੀਂ ਜਿਹਨਾਂ ਦੀ ਹਜ਼ੂਰੀ 'ਚ ਬੈਠੇ ਹੋ ਤੁਹਾਨੂੰ ਬਹੁਤ ਸਾਰੀ ਬਰਕਤ ਦੇਣ ਬਹੁਤ ਸਾਰੀ ਖੁਸ਼ੀਆਂ ਦੇਣ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਸੋ ਅੱਗੇ ਜਿਹੜਾ ਸਮਾਂ ਹੈ ਉਹ ਜੋਤੀ ਤੋਂ ਸੁਣਾਂਗੇ ਥੈਂਕ ਯੂ